गुराया के पिंड डल्लेवाल विच एन आई ए वालों तड़कसार रेड की गई। सिख स्टूडेंट फैडरेशन के नाल संबंध रखने वाले बलविंदर सिंह अते लवशिंदर सिंह दे घर एन आई की टीम वालों तड़कसार 6 बजे के करीब लोकल पुलिस नूं नाल लैके रेड की गई। बलविंदर सिंह दे परिवार ने दस्सिया कि एन आई ए दी टीम वालों उन्हां दे घर रेड करके उन्हां पासों बलविंदर सिंह संबंधी पुछगिछ की गई है। परिवार का कहना है कि बलविंदर सिंह नाल उन्हां दा कोई भी वास्ता नहीं है, क्योंकि बलविंदर सिंह अपने परिवार समेत पिछले 35 सालों तो इंग्लैंड विच रह रहे हैं। उन्हां दस्सिया कि एन आई ए दी टीम वालों 3 घंटे के करीब उन्हां पासों पुछगिछ करके कागजी कार्रवाई की गई अते उन्हां दे घर की तलाशी भी ली गई। टीम उन्हां दे घरों एक मोबाइल फोन नाल लै गई। ਆਂਟੀ ਜੀ ਕੀ ਨਾਮ ਤੁਹਾਡਾ? ਬਲਵੀਰ ਕੌਰ। ਕਿਹੜਾ ਪਿੰਡ ਹੈ ਜੀ? ਡੱਲੇਵਾਲ। ਅੱਛਾ, ਅੱਜ ਸਵੇਰੇ ਕਿੰਨੇ ਕੁ ਵਜੇ ਟੀਮਾਂ ਤੁਹਾਡੇ ਘਰ ਦੇ ਵਿੱਚ ਆਈਆਂ? ਕਿਹੜੇ ਕਿਹੜੇ ਘਰ 'ਚ ਆਈਆਂ? ਇੱਕੋ ਘਰ 'ਚ ਆਈਆਂ ਕਿ ਹੋਰ ਘਰ 'ਚ ਵੀ ਆਈਆਂ? ਨਹੀਂ, ਪਿੰਡ 'ਚ ਹੋਰ ਵੀ ਮੁੰਡਾ ਉਹਦੇ ਘਰ ਵੀ ਆਈਆਂ ਆ, ਸਾਡੇ ਵੀ ਆਈਆਂ 5:30-6 ਵਜੇ। ਹਾਂਜੀ, ਆਏ। ਕਿੰਨੇ ਕੁ ਬੰਦੇ ਸੀਗੇ ਜੀ ਟੀਮ ਦੇ ਵਿੱਚ? ਹੋਊਗੇ 12-13 ਬੰਦੇ। ਹਾਂਜੀ, ਕੀ ਕੁਛ ਫਿਰ ਪੁੱਛਗਿੱਛ ਕੀ ਕੀਤੀ ਹੈ ਤੁਹਾਡੇ ਤੋਂ? ਪੁੱਛਗਿੱਛ ਬਸ ਉਹਦੇ ਬਾਰੇ ਕਰਦੇ ਸੀਗੇ, ਬਾਕੀ ਉਹਨੇ ਤਲਾਸ਼ੀ ਕੀਤੀ ਸਾਰੇ ਘਰ ਦੀ ਤੇ ਪੁੱਛਗਿੱਛ ਕੀਤੀ ਅਸੀਂ ਕਿ ਸਾਡੇ ਉਹਦੇ ਨਾਲ ਕੋਈ ਲਿੰਕ ਨਹੀਂ ਹੈਗੇ, ਨਾ ਸਾਨੂੰ ਕੋਈ ਫੋਨ ਆਉਂਦਾ ਆ, ਤੇ ਬਸ ਪੁੱਛਗਿੱਛ ਕੀਤੀ ਆ ਕਰਕੇ ਚੱਲ ਗਏ। ਅੱਗੇ ਵੀ ਆ ਜਾਂਦੇ ਆ ਉਹ, ਤਾਂ ਜਦ ਤੋਂ ਗਏ ਆ ਬਾਹਰ 30-32 ਸਾਲ ਹੋ ਗਿਆ ਜਦ ਤੋਂ ਹੀ ਆਉਂਦੇ ਆ। ਹਾਂਜੀ। ਅੱਛਾ, ਬਲਵਿੰਦਰ ਸਿੰਘ ਹੁਣ ਤੁਹਾਡੇ ਕੀ ਲੱਗਦੇ ਆ? ਦੇਰ ਵਾ ਮੇਰਾ। ਤੇ ਕਿੰਨਾ ਸਾਰੀ ਫੈਮਿਲੀ ਉਹਨਾਂ ਦੀ ਬਾਹਰ ਹੈ? ਹਾਂਜੀ ਹਾਂਜੀ। ਤੁਹਾਡੇ ਨਾਲ ਕੋਈ ਇੱਥੇ ਲਿੰਕ ਨਹੀਂ ਹੈਗਾ ਉਹਨਾਂ ਦਾ? ਨਹੀਂ। ਜਦ ਦੇ ਗਏ ਬਾਹਰ ਵਾਪਸ? ਹਾਂ, ਨਹੀਂ ਨਹੀਂ, ਕਦੇ ਨਹੀਂ। ਪੁੱਛ ਕੇ ਕੀ ਕਰਦੇ ਗਏ? ਪੁੱਛਗਿੱਛ ਇਹੀ ਬਸ ਕਰਦੇ ਸੀਗੇ ਵੀ ਉਹ ਕਿੱਥੇ ਆ, ਕੀ ਆ, ਕਦੋਂ ਦੇ ਗਏ ਆ, ਕੀ ਉਹਨਾਂ ਦੇ ਬੱਚੇ ਆ, ਤੇ ਵਾਈਫ ਉਹਨਾਂ ਦੀ ਅਸੀਂ ਕਿਹਾ ਬਾਹਰ ਹੀ ਬੱਚੇ ਉਹਦੇ ਬਾਹਰ ਹੀ ਹੋਏ ਸੀਗੇ, ਉਹ ਤਾਂ ਉਹਦੀ ਵਾਈਫ ਇਕੱਠੇ ਗਏ ਆ। ਅੱਛਾ ਜੀ। ਹਾਂਜੀ, ਅਤੇ 32-33 ਸਾਲ ਉਹਨਾਂ ਨੂੰ ਗਿਆਨ ਹੋ ਗਏ ਆ, ਕਦੇ ਵਾਪਸ ਆਏ ਨਹੀਂ ਹੈਗੇ। ਅਤੇ ਹਾਂਜੀ, ਅਤੇ ਬਸ ਨਾ ਕੁਛ ਨਹੀਂ, ਇੱਕ ਮੋਬਾਈਲ ਫੋਨ ਲੈ ਕੇ ਗਏ, ਉਹ ਵੀ ਚੁੱਕ ਚੁੱਕ ਕਰਨੇ ਨੂੰ, ਹੋਰ ਕੁਛ ਨਹੀਂ ਲੈ ਕੇ ਗਏ, ਨਾ ਉਹਨੇ ਸਾਨੂੰ ਕੁਛ ਕਿਹਾ ਆ ਅਤੇ ਨਾ ਕੁਛ ਲੈ ਕੇ ਗਏ ਆ। ਸਵੇਰੇ 5:30-6 ਆਏ ਆ। ਹਾਂਜੀ 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 ਅਤੇ ਉਹ ਤਾਂ ਫਿਰ ਸਾਡੇ ਵੱਲੋਂ ਤਾਂ ਬੇਦਖਲਾ ਹੀ ਆ ਜੀ, ਉਹ ਸ਼ੁਰੂ ਤੋਂ ਕੀਤਾ ਹੈ ਨਹੀਂ। ਹਾਂਜੀ, ਇਹ ਪਹਿਲਾਂ ਨੌਕਰੀ ਕਰਦੇ ਹੁੰਦੇ ਸੀ ਫੌਜ 'ਚ, ਫਿਰ ਰਿਟਾਇਰ ਹੋ ਗਏ। ਹਾਂਜੀ, ਅਤੇ